दिन ब दिन शहर में बढ़ रही ट्रैफिक से निजात पाने के लिए पुलिस प्रशासन द्वारा बेशक लोगों को जागरूक करवाया जाता है, लेकिन ट्रैफिक समस्या ज्यों की त्यों ही बनी हुई है। इस बारे में बताते हुए ट्रैफिक इंचार्ज गुलशन कुमार ने कहा कि शहर में बढ़ रहे अतिक्रमण की वजह से ट्रैफिक समस्या का सामना आम लोगों को करना पड़ता है। शहर में रेड़ी एवं फड़ियों के साथ साथ दुकानदारों द्वारा किया गया अतिक्रमण भी ट्रैफिक समस्या का मुख्य कारण बनता है। ਫਿਰ ਵਿਕਰਾਲ ਰੂਪ ਧਾਰਨ ਕੀਤੀ ਹੈ ਕਰ ਰਹੀ ਹੈ ਕੀ ਕਹਿਣਾ ਇਸ ਬਾਰੇ ਤੁਹਾਡਾ? ਨਹੀਂ, ਪਠਾਨਕੋਟ ਦੀ ਜਿਹੜੀ ਟ੍ਰੈਫਿਕ ਸਮੱਸਿਆ ਨਾ ਜੀ, ਵਿਕਰਾਲ ਇੱਦਾਂ ਵੀ ਹਰ 2-3 ਮਹੀਨੇ ਬਾਅਦ ਰੋਜ਼ਾਨਾ ਨਵੀਆਂ ਗੱਡੀਆਂ ਰੋਡ 'ਤੇ ਆ ਰਹੀਆਂ ਨੇ। ਟ੍ਰੈਫਿਕ ਸਮੱਸਿਆ 'ਤੇ ਕਾਫੀ ਹੱਦ ਤੱਕ ਕੰਟਰੋਲ ਵੀ ਹੋਇਆ, ਪਰ ਕੁਛ ਕੁ ਜਿਵੇਂ ਡੇਜ਼ ਨੇ, ਜਿਵੇਂ ਕੱਲ੍ਹ ਸੰਡੇ ਸੀ, ਸੰਡੇ ਬਾਜ਼ਾਰ ਵਗੈਰਾ ਜਿੱਦਣ ਲੱਗਦਾ, ਸੰਡੇ ਬਾਜ਼ਾਰ ਲੱਗਦਾ ਉੱਦਣ ਕਈ ਵਾਰੀ ਬਾਜ਼ਾਰ ਦੇ ਵਿੱਚ ਮਤਲਬ ਕੁਛ ਟਾਈਮ ਦੇ ਲਈ ਜਾਮ ਦੀ ਸਥਿਤੀ ਬਣ ਜਾਂਦੀ ਹੈ। ਅਤੇ ਮੇਰੀ ਦੁਕਾਨਦਾਰਾਂ ਨੂੰ ਅਤੇ ਜਿਹੜੇ ਰੇਹੜੀ ਫੜੀਆਂ ਲਾਉਂਦੇ ਨੇ ਉਹਨਾਂ ਨੂੰ ਇਹੋ ਅਪੀਲ ਹੈ ਵੀ ਆਪਣਾ ਜੋ ਵੀ ਉਹਨਾਂ ਦਾ ਪ੍ਰੋਸੈਸ ਹੈ ਕਮੇਟੀ ਘਰ ਤੋਂ ਜੋ ਰਜਿਸਟਰਡ ਹੁੰਦੇ ਨੇ, ਆਪਣਾ ਰਜਿਸਟਰਡ ਹੋਣ ਤੋਂ ਬਾਅਦ ਹੀ ਆਪਣਾ ਉਹ ਸੰਡੇ ਬਾਜ਼ਾਰ ਲਾਉਣ, ਤਾਂ ਜੋ ਆਮ ਲੋਕਾਂ ਨੂੰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਦੁਕਾਨਦਾਰ ਵੀਰਾਂ ਨੂੰ ਵੀ, ਜਿਨ੍ਹਾਂ ਨੇ ਮਤਲਬ ਆਪਣੀ ਇਨਕਰੋਚਮੈਂਟ ਕਾਫੀ ਘਟਾਈ ਹੈ, ਮੈਂ ਉਹਨਾਂ ਨੂੰ ਦਿਲੋਂ ਮਤਲਬ ਧੰਨਵਾਦ ਕਰਦਾ, ਸਲਿਊਟ ਹੈ ਮੇਰਾ ਉਹਨਾਂ ਨੂੰ। ਅਤੇ ਬਾਕੀਆਂ ਨੂੰ ਵੀ ਕਹਿੰਦਾ ਵੀ ਆਪਣੀ ਇਨਕਰੋਚਮੈਂਟ ਜਿਹੜੀ ਉਹ ਸੀਮਿਤ ਰੱਖੋ, ਅਤੇ ਸ਼ਾਮ ਦੇ ਟਾਈਮ ਭਗਵਾਨ ਵਾਲਮੀਕ ਚੌਂਕ ਤੋਂ ਲੈ ਕੇ ਸ਼੍ਰੀ ਕਾਲੀ ਮਾਤਾ ਮੰਦਿਰ ਮੋੜ ਤੱਕ ਫੋਰ ਵੀਲਰ ਦੀ ਵਰਤੋਂ ਘੱਟ ਤੋਂ ਘੱਟ ਕਰੋ। ਕੋਸ਼ਿਸ਼ ਕਰੋ ਆਪਣਾ ਕੰਮ ਜਿਹੜਾ ਜੇ 2-ਵੀਲਰ 'ਤੇ ਹੁੰਦਾ ਤਾਂ 2-ਵੀਲਰ 'ਤੇ ਹੀ ਕਰ ਲਵੋ। ਅਕਸਰ ਮੈਂ ਵੇਖ ਮਤਲਬ ਬਾਰ ਬਾਰ ਕਹਿੰਦਾ, ਮੈਂ ਵੇਖਦਾ ਹਾਂ ਵੀ ਕਾਰ ਦੇ ਵਿੱਚ ਚਲਾਉਣ ਵਾਲਾ ਇੱਕ ਹੁੰਦਾ ਜਾਂ ਉਹਦੇ ਨਾਲ ਇੱਕ ਮੈਕਸੀਮਮ ਇੱਕ ਬੰਦਾ ਬੈਠਾ ਹੁੰਦਾ, ਪਰ ਉਹ ਜਗ੍ਹਾ ਮਤਲਬ ਗਾਂਹ ਉਹਨਾਂ ਨੇ ਪਹਿਲਾਂ ਤਾਂ ਬਾਜ਼ਾਰ 'ਚੋਂ ਬੜੇ ਔਖੇ ਲੰਘਦੇ ਨੇ, ਫਿਰ ਉਸ ਤੋਂ ਬਾਅਦ ਉਹ ਸੈਕੰਡਲੀ ਪਾਰਕ ਬੜੇ ਔਖਾ ਕਰਦੇ ਨੇ, ਫਿਰ ਪਾਰਕਿੰਗ ਗਲਤ ਕਰ ਜਾਂਦੇ ਨੇ। ਭਗਵਾਨ ਵਾਲਮੀਕ ਚੌਂਕ ਵਾਲੀ ਪਾਰਕਿੰਗ ਜਿਹੜੀ ਕਿ ਜਿੱਥੇ ਫ੍ਰੀ ਪਾਰਕਿੰਗ ਹੈ, ਲੋਕ ਉੱਥੇ ਵੀ ਗੱਡੀ ਲਾਉਣੀ ਜਿਹੜੀ ਹੈ ਨਾ, ਉਹ ਆਪਣੇ ਆਪ ਨੂੰ ਮਤਲਬ ਭਾਰ ਸਮਝਦੇ ਨੇ ਵੀ ਇੰਨੀ ਗੱਡੀ ਲਾਉਣ ਕੌਣ ਜਾਏ। ਤੇ ਜੇ ਉਹ ਗੱਡੀ ਕਿਹਾ ਕਿ ਮੌਜੂਦਾ ਸਰਕਾਰ ਨੇ ਬੜੇ ਕੀਤੇ ਆ ਕਿ ਵਹੀਕਲ ਐਕਟ ਨੂੰ ਲੈ ਕੇ ਦੁਰਘਟਨਾ ਨੂੰ ਲੈ ਕੇ ਕਾਫੀ ਅਵੇਅਰ ਕੀਤੇ ਜਾ ਰਿਹਾ ਗਿਆ, ਰਿਕਵਰੀ ਵੈਨ ਵੀ ਮਿਲੀ ਆ ਪਠਾਨਕੋਟ ਦੇ ਵਿੱਚ, ਕਿੰਨੇ ਚਲਾਨ ਇਸ ਟਾਈਮ ਦੇ ਵਿੱਚ ਰਿਕਵਰੀ ਵੈਨ ਦੇ ਕੀਤੇ ਗਏ ਅਕੋਰਡਿੰਗ ਕੀਤੇ ਗਏ? ਨਹੀਂ, ਬੇਸਿਕਲੀ ਨਾ ਜੀ ਮਤਲਬ ਆਪਾਂ ਇੱਥੇ ਗਲਤ ਹੋ ਜਾਣਾ, ਸਾਡਾ ਅੰਕੜਾ ਚਲਾਨ ਕਰਨ ਤੱਕ ਨਹੀਂ ਆ, ਚਲਾਨ ਸਾਡਾ ਉਹ ਮਤਲਬ ਮੈਜਰਮੈਂਟ ਮੀਟਰ ਬਿਨਾਂ ਚਲਾਨ ਤੋਂ ਵੀ ਬਹੁਤ ਫਰਕ ਪੈ ਗਿਆ ਜੀ। ਬਿਨਾਂ ਚਲਾਨ ਤੋਂ ਪਬਲਿਕ ਮੰਨੇ ਕਰਦੀ ਹੈ? ਬਹੁਤ ਮੰਨਦੀ ਹੈ, ਜਿਹੜੇ ਸਮਝਦਾਰ ਜਿਹੜੇ ਬੰਦੇ ਨੇ ਮੰਨਣਾ ਹੈ ਨਾ ਉਹ ਬਹੁਤ ਵਧੀਆ ਤਰੀਕੇ ਨਾਲ ਮੰਨ ਰਿਹਾ ਵਾ, ਪਰ ਜਿਹੜੇ ਕੁਛ ਇੱਕ ਬੰਦੇ ਆ ਜਿਨ੍ਹਾਂ ਦਾ ਸੁਭਾਅ ਹੀ ਜ਼ਿੱਦੀ ਹੈ, ਮਤਲਬ ਉਹ ਮਤਲਬ ਮੈਨੂੰ ਸਮ ਜ਼ਿੱਦੀ ਹੋਣ ਕਰਕੇ ਜਦੋਂ ਉਹਨਾਂ ਨੂੰ ਪੁੱਛਦੇ ਹਾਂ ਵੀ ਰੋਂਗ ਪਾਰਕਿੰਗ ਕਰਕੇ ਪੁੱਛਦੇ ਹਾਂ, ਅਤੇ ਉਹ ਆਪਣਾ ਸਟੇਟਸ 'ਤੇ ਬੜਾ ਉੱਚਾ ਦੱਸਦੇ, ਅਸੀਂ ਫਲਾਣੀ ਸੰਸਥਾ ਦੇ ਪ੍ਰਧਾਨ ਹੈ ਜਾਂ ਫਲਾਣੇ ਬੰਦੇ ਨਾਲ ਸਾਡੇ ਬੜੇ ਸਿੱਧੇ ਸੰਬੰਧ ਨੇ, ਪਰ ਜਦੋਂ ਅਸੀਂ ਉਹਨਾਂ ਦਾ ਹਾਲ ਦੇਖਦੇ ਹਾਂ, ਉਹਨਾਂ ਗੱਡੀਆਂ ਤੁਸੀਂ ਖੁਦ ਦੇਖਦੇ ਹੋ ਕਿੱਦਾਂ ਸੜਕ 'ਚ ਲਾ ਜਾਂਦੇ ਨੇ, ਅਤੇ ਸਾਨੂੰ ਮਤਲਬ ਅਸੀਂ ਮਤਲਬ ਸਾਨੂੰ ਰੋਣਾ ਆ ਜਾਂਦਾ ਵੀ ਉਸ ਬੰਦੇ ਨਾਲ ਤੁਲਨਾ ਕਰਦੇ ਨੇ ਕਰ ਰਹੇ ਨੇ ਆਪਣੀ ਵੀ ਅਸੀਂ ਉਹਦੇ ਖਾਸ ਹਾਂ ਜਾਂ ਉਹਦੇ ਖਾਸ ਹਾਂ, ਪਰ ਪਾਰਕਿੰਗ ਦੇ ਸੰਬੰਧ ਵਿੱਚ ਜਦੋਂ ਕਿ ਹੁਣ ਤਾਂ ਪਾਰਕਿੰਗ ਬਣ ਚੁੱਕੀ ਹੈ ਭਗਵਾਨ ਬਾਲ ਮਤਲਬ ਕਿ ਉੱਚ ਪਹੁੰਚ ਰੱਖਣ ਕਰਕੇ ਮਤਲਬ ਕਿ ਨਾਕਾਮ ਤਾਂ ਨਹੀਂ ਰਹਿ ਰਹੀ ਚਲਾਨ ਕਰਨ 'ਤੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਕਿ ਆਪਣੇ ਅਹੁਦੇ ਦੱਸਦੇ ਹੈਗੇ ਕਿ ਫਲਾਣੀ